ਨਨਕਾਣਾ ਸਾਹਿਬ ਵਿਖੇ ਕੁਝ ਕੱਟਪੰਥੀਆਂ ਨੂੰ ਦੁਰਘਟਨਾ ਕੀਤੀ ਗਈ ਹੈ। ਉਹਦੇ ਵਿਰੋਧ ਵਿੱਚ ਅਸੀਂ ਹਿੰਦੂ ਸਿੱਖ ਭਾਈਚਾਰੇ ਨੂੰ ਇੱਕ ਰੱਖਦੇ ਹੋਏ ਉਹਦੀ ਕੜਾ ਨਿੰਦਾ ਕਰਦੇ ਹਾਂ ਔਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਪੁਤਲਾ ਸਾੜ ਕੇ ਕੜਾ ਵਿਰੋਧ ਕਰਦੇ ਹਾਂ, ਕਿਉਂਕਿ ਸਾਡੇ ਹੀ ਗੁਰਧਾਮਾਂ ਦੇ ਉੱਤੇ ਇਹੋ ਜਿਹੇ ਕੋਈ ਘਟੀਆਪਣ ਕੀਤਾ ਜਾਏਗਾ ਅਤੇ ਉਹਨਾਂ ਨੂੰ ਆਉਣ ਵਾਲੇ ਸਭ ਦੇ ਵਿੱਚ ਮੁਸੀਬਤਾਂ ਦਾ ਵੀ ਸਾਹਮਣਾ ਕਰਨਾ ਪਵੇਗਾ। ਇਸ ਕਰਕੇ ਅਸੀਂ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਵੀ ਆਪਾਂ ਤਕੜੇ ਹੋ ਗਏ, ਇਹਨਾਂ ਨੇ ਕੱਟਪੰਥੀ ਜਿਹੜੇ ਨੇ ਜਿਹੜੇ ਸਾਡੇ ਸਮਾਜ ਨੂੰ ਤੋੜਨਾ ਚਾਹੁੰਦੇ ਨੇ ਉਹਨਾਂ ਦਾ ਵਿਰੋਧ ਕਰੀਏ ਔਰ ਸੜਕਾਂ 'ਤੇ ਆਈਏ। ਪ੍ਰਧਾਨ ਜੀ, ਪਹਿਲਾਂ ਤਾਂ ਪੱਥਰਬਾਜ਼ੀ ਕੀਤੀ ਗਈ ਹੈ ਅਤੇ ਹੁਣ ਉਸ ਤੋਂ ਬਾਅਦ ਮਾਫ਼ੀ ਵੀ ਮੰਗ ਰਿਹਾ ਉਹ ਜਿਸਨੇ ਪੱਥਰਬਾਜ਼ੀ ਕਰਵਾਈ ਹੈ, ਅਤੇ ਕੀ ਕਹਿਣਾ ਇਹਦੇ ਤੁਹਾਡਾ? ਇਹ ਵੇਖੋ ਜੀ, ਮਾਫ਼ੀ ਮੰਗਣ ਦੀ ਤਾਂ ਗੱਲ ਵੱਖਰੀ ਹੈ ਨਾ, ਐਡਾ ਵੱਡਾ ਸਾਡਾ ਧਾਰਮਿਕ ਸਥਾਨ ਹੋਵੇ ਉੱਥੇ ਪੱਥਰਬਾਜ਼ੀ ਕੀਤੀ ਜਾਵੇ, ਉੱਥੇ ਇੰਨੀ ਬੇਅਦਬੀ ਕੀਤੀ ਜਾਵੇ, ਉਸ ਤੋਂ ਬਾਅਦ ਮੈਂ ਕਹਿੰਦਾ ਸੁੱਤੀਆਂ ਮਰਗਾਂ ਉਹਨੇ ਸੌਰੀ ਅਤੇ ਸੌਰੀ ਥੋੜ੍ਹਾ ਮੰਨੀ ਜਾਂਦੀ ਹੈ। ਇਸ ਕਰਕੇ ਉਹਨਾਂ ਨੂੰ ਇਸਦਾ ਜਵਾਬ ਦਿੱਤਾ ਜਾਏਗਾ। ਜੇਕਰ ਪਾਕਿਸਤਾਨ ਗੌਰਮੈਂਟ ਨੇ ਉਹਨਾਂ ਖਿਲਾਫ਼ ਕੋਈ ਐਕਸ਼ਨ ਨਹੀਂ ਲਿਆ ਤਾਂ ਅਸੀਂ ਮਸਜਿਦਾਂ ਤੋੜਾਂਗੇ, ਠੋਕ ਕੇ ਮਸਜਿਦ ਤੋੜਾਂਗੇ, ਪੰਜਾਬ 'ਚ ਤਾਂ ਕੋਈ ਮਸਜਿਦ ਨਹੀਂ ਰਹਿਣ ਦੇਵਾਂਗੇ ਜੇ ਇਸ ਬੰਨੇ ਆਏ ਤੋਂ। ਇਸ ਕਰਕੇ ਪਾਕਿਸਤਾਨ ਗੌਰਮੈਂਟ ਨੂੰ ਤੁਰੰਤ ਸਾਡੇ ਉਹਨਾਂ ਦੇ ਖਿਲਾਫ਼ ਕਾਰਵਾਈ ਕਰਕੇ ਪਰਚਾ ਦਰਜ ਕਰਨਾ ਚਾਹੀਦਾ। ਸਟੇਸ਼ਨ ਅੰਮ੍ਰਿਤਸਰ ਵੱਲੋਂ ਅੱਜ ਜਿਹੜਾ ਪਾਕਿਸਤਾਨ ਦਾ ਪੁਤਲਾ ਸਾੜਿਆ ਗਿਆ, ਨਨਕਾਣਾ ਸਾਹਿਬ ਦੇ ਵਿੱਚ ਜਿਹੜੀ ਘਟਨਾ ਹੋਈ ਹੈ ਉਹਦੀ ਬਹੁਤ ਨਿੰਦਾ ਕੀਤੀ ਜਾਂਦੀ ਹੈ। ਹੋਰ ਅਸੀਂ ਪ੍ਰਸ਼ਾਸਨ ਅੱਗੇ ਕਿ ਮੰਗ ਕਰਦੇ ਹਾਂ ਉੱਥੋਂ ਦੀ ਲੋਕਾਂ ਦੀ ਹਿਫਾਜ਼ਤ ਕਰਨ ਵਾਸਤੇ ਪੰਜਾਬ ਸਰਕਾਰ ਇਹ ਕਦਮ ਚੁੱਕੇ।